ਉਹਨੂੰ ਪੁੱਛਦੇ ਨੇ ਆਉਂਦੇ ਹੀ ਗੁੱਟ ਫੜ ਲੈ ਜੀ ਮੈਨੂੰ ਵੀ ਮੁਸੀਬਤ ਪਾਪਾ ਗੋਲੀ ਨਹੀਂ ਖਾਣ ਦਿਆ ਯਾਰ ਯਾਰ ਗੱਲ ਸਮਝਣ ਦੀ ਕੋਸ਼ਿਸ਼ ਕਰੋ ਮੈਂ ਮੁੰਡੇ ਨੂੰ ਸਮਝਾਉਣ ਦਿਆ ਹਾਂਜੀ ਵੀ ਮੈਨੂੰ ਗੋਲੀ ਖਾਣੀ ਨਹੀਂ ਆਉਂਦੀ ਗੋਲੀ ਖਾਣੀ ਨਹੀਂ ਆਉਂਦੀ ਨਹੀਂ ਦੱਸੋ ਕਹਿੰਦੀ ਖਾਈ ਨੀ ਗੋਲੀ ਕਹਿੰਦੀ ਖਾਈ ਨੀ ਪੁਰਾਣੇ ਜ਼ਮਾਨੇ ਦੀ ਗੋਲੀ ਚੱਲਦੀ ਨੀ ਸੀ ਲੜਾਈਆਂ ਹੁੰਦੀਆਂ ਸੀ ਬੋਤਲਾਂ ਚੱਲਣੀਆਂ ਹਾਕੀਆਂ ਬੜੀ ਕਿਸੇ ਗਿਰਾਲੀਆਂ ਜਾਦੂ ਆਪਣੇ ਅਸਾਂ ਪਾਸਾ ਨਹੀਂ ਛੱਡਾਂਗਾ ਤੇਰੇ ਵਰਗੇ ਬਾਬੇ ਇਟਲੋ ਬੰਦੇ ਬਹਾਨੇ ਨਿਕਲ ਜਾਂਦੇ ਸਨ ਅੱਜ ਕੱਲ੍ਹ ਕਲਾਸ਼ਨ ਕੋਖ ਨਿਕਲੀ ਅੱਲਾ ਮਾਫੀ ਦੇ ਚਾਂਸ ਸੀ ਕੋਈ ਨੀ ਇੱਕੋ ਫੇਰਾ ਆਉਂਦਾ ਦੂਰ ਵਾਲਾ ਬੰਦਾ ਸਮਝਦਾ ਫਿਰ ਨਾਰਾ ਬੰਨ ਡਿਆ ਹੌਸਲੇ ਵਾਲਾ ਬੰਦਾ ਦੋ ਗੱਲਾਂ ਕਰਦਾ ਹੀ ਮੇਰੀ ਮਾਂ ਨੂੰ ਸਲਾਮ ਕਰ ਫਿਰ ਜਿਹੜੇ ਪੈਸੇ ਪਏ ਇਸ ਤਰ੍ਹਾਂ ਖਾਈ ਦੀ ਗੋਲੀ ਇਸ ਤਰ੍ਹਾਂ ਖਾਈ ਦੀ ਗੋਲੀ ਸਹੀ ਹੈ ਗੋਲੀ ਖਾਣੀ ਦੱਸਤੀ ਵੀ ਇਹਨੇ ਦੱਸ ਦਿੰਦਾ ਗੋਲੀ ਖਾਣੀ ਬੜੀਆਂ ਬੜੀਆਂ ਗੋਲੀਆਂ ਖਾਣੀਆਂ ਦੱਸੀਆਂ ਇਹਨੇ ਅੱਛਾ ਜੀ ਸਾਈਕਲ ਖਾ ਜਾਂਦਾ ਮੈਂ ਖਾਧੀਆਂ ਤੇ ਮੇਰੇ ਦੋਵੇਂ ਕੁੱਤੇ ਫੇਲ ਹੋਏ ਕੁੱਤੇ ਫੇਲ ਨੇ ਦੁਬਾਰਾ ਦਾਖਲ ਕਰਾ ਦੇ ਪੈਸੇ ਵੀ ਆ ਗਏ ਨਾ ਤੂੰ ਕਿੱਦਾਂ ਕਾਹਦਾ ਕੁੱਤਾ ਕਦੋਂ ਪੈਸੇ ਆਉਣੇ ਨਾ ਮੇਲਾ ਆਵੇ ਨਾ ਤੇਰੇ ਪੈਸੇ ਇਕੱਠੇ ਹੋਣ ਮੇਲੇ ਤੇ ਕੀ ਹੁੰਦਾ ਜੀ ਮੇਲੇ ਤੇ ਵੱਡੀਆਂ ਜਲੇਬੀਆਂ ਵੇਚ ਵੱਡੀਆਂ ਜਲੇਬੀਆਂ ਕਹਿੰਦੇ ਵੇਚ ਦੇ ਬੇਬਾ ਤੂੰ ਨਹੀਂ ਵਿਖਾ ਕੇ ਮੰਗ ਰਹੇ ਅੱਲਾ ਨਾਜ਼ ਰੁਪਈਆ ਗਿਆ ਮੇਰੀ ਧੁੰਦੀ ਤੇ ਖੋੜ ਰਹੀ ਉਹ ਧੁੰਨੀ ਨਹੀਂ ਉਹ ਮੂੰਹ ਹੀ ਹੁੰਦਾ ਉਹ ਪੁੱਠਾ ਕਢਾਉਂਦਾ ਅੱਲਾ ਮਾਰਾ ਸੀ ਅੱਜ ਇੱਥੇ ਪੰਜ ਹੀ ਵਜਣ ਗਿਆ ਮਾਰ ਕਿਉਂ ਪੰਜ ਵਜਣ ਤੇ ਤੂੰ ਪਾਵੇ ਪਕਾਉਣੇ ਤੁਸੀਂ ਚਾਰੇ ਇੱਕ ਪਾਸੇ ਅੱਲਾ ਵਾਰਸ ਮੈਂ ਇਕੱਲਾ ਇੱਕ ਪਾਸੇ ਮੰਗਣ ਲੱਗਾ ਤੇ ਤੇਰੀ ਸਕੀ ਭੁੱਬੀ ਵਿਆਹਾਂ ਤੇ ਐਕਸ਼ਨ ਵਹਾ ਕੇ ਮੈਂ ਮਰਨ ਵਾਲੀ ਹੋਈ ਹਾਂ ਮੈਨੂੰ ਚੱਲ ਸਾਡੀ ਮਾਂ ਤੋਂ ਫਿਰ ਐਕਸ਼ਨ ਵਹਾ ਕੇ ਮੰਗ ਸੀ ਤੇਰੀ ਲਾਣ ਦੀਆਂ ਬਾਜ਼ਾਰ ਜਾ ਕੇ ਕਹਿਣ ਲਈ ਚਾਰ ਧੀਆਂ ਜਵਾਨ ਨੇ 40-40 ਰੁਪਈਏ ਦਿਓ ਮੈਂ ਉਹਨੂੰ ਰਾਕਾ ਫਿਲਮ ਵਿਖਾਉਂਗੀ ਨਾਲੇ ਕਹਿੰਦਾ ਤੇਰੀ ਮਾਂ ਮਰ ਗਈ ਹੈ ਨਾਲੇ ਕਹਿੰਦਾ ਰਾਕਾ ਫਿਲਮ ਹੋਣੀ ਹੈ ਉੱਥੇ ਜਾ ਕੇ ਕਹਿ ਦੋ ਫਿਲਮ ਦੀ ਰਾਸ਼ ਸੀ ਨਾ ਉਹਦੇ ਰਾਸ਼ ਤੇ ਮਰੀ ਇੱਧਰ ਨਹੀਂ ਆਉਣਾ ਇੱਧਰ ਨਹੀਂ ਆਉਣਾ ਸ਼ਾਦੀ ਠੀਕ ਹੈ ਸ਼ਾਦੀ ਠੀਕ ਹੈ ਇਹ ਆਪ ਵੀ ਮੰਗਣਾ ਇਹਨਾਂ ਨੂੰ ਬੰਦਾ ਐਨਕ ਲਾ ਕੇ ਦਫ਼ਤਰਾਂ 'ਚ ਮੰਗਦੇ ਹੈਲੋ ਐਕਸਕਿਊਜ਼ ਮੀ ਬੜਾ ਪੜ੍ਹਾ ਲਿਖਾ ਨੌਜਵਾਨ ਬੜੀ ਬੈਂਕ ਤਲਾਕ ਹੋ ਗਈ ਨਹੀਂ ਸਿਰੇ ਸੁਣਾਉਣ ਜੋ ਬੰਦਾ ਸੱਤਾ ਦਿਓ ਔਰ ਕਿਸੇ ਦਾ ਘਰ ਬੱਚਾ ਜੰਮੇ ਅਗਲੇ ਖਤ ਭੇਜਦੇ ਨੇ ਟੈਲੀਫੋਨ ਕਰਦੇ ਨੇ ਹੈਲੋ ਹਮਾਰੇ ਹਾਂ ਬੇਟਾ ਹੁਆ ਮੁਬਾਰਕ ਹੋ ਖਤ ਭੇਜਦੇ ਨੇ ਹਮਾਰੇ ਹਾਂ ਬੇਟਾ ਹੁਆ ਮੁਬਾਰਕ ਹੋ ਇਹਦੀ ਆ ਰਹੀ ਨਾ ਕਿਸੇ ਨੇ ਖਤ ਚੱਲਿਆ ਨਾ ਟੈਲੀਫੋਨ ਕੀਤਾ ਡਾਇਰੈਕਟ ਮੁਸੀਬਤ ਐਲਾਨ ਹੋਇਆ ਅੱਜ ਰਾਤ ਮੁਹੰਮਦ ਬਸ਼ੀਰ ਦੇ ਘਰ ਅਜ਼ਾਬ ਅਲਾ ਹੀ ਪੈਦਾ ਹੋ ਗਿਆ ਸ਼ੁਕਰ ਅੱਲਾ ਦਾ ਹੱਕ ਲਾਉਂਦਾ ਸੀ ਮੁਸੀਬਤ ਐਲਾਨ ਕਰਾਇਆ ਤੇਰੀ ਵਾਰੀ ਪਿਓ ਨੇ ਕਿਹਾ ਮੈਂ ਐਲਾਨ ਕਰਾਵਾਂ ਤੇਰੀ ਮਾਂ ਨੇ ਕਿਹਾ ਇਹ ਗੱਲਾਂ ਕਰਨ ਵਾਲੀਆਂ ਬੂਹਾ ਬੰਦ ਕਰ ਸ਼ੌਕ ਨਾ ਨੱਚ ਦੋ ਸੱਸ ਨੇ ਤਵੀਤ ਪਾਏ ਇਸ ਗੱਲ ਦੇ ਕਿੰਨੇ ਪੈਸੇ ਬਣੇ ਹੋਏ ਇਹਦੇ ਬੜੀ ਤਾਈ ਨਹੀਂ ਸੀ ਆਈ ਅੱਛਾ ਅਦਾਰ ਮੰਗਾਇਆ ਸੀ ਚਾਬੀਆਂ ਪਾਨੇ ਪੇਚ ਕਸ ਮਹੱਲੇ ਵਾਲੇ ਲਾਮਾ ਦਿੱਤਾ ਕਹਿੰਦੇ ਬੱਚਾ ਜੰਮਣਾ ਕਿ ਟਾਪਾ ਖੋਲਣਾ ਹੈ ਮੇਰੀ ਵਾਰੀ ਉਦਾਰ ਆਏ ਡਾਕਟਰ ਆਏ ਮਿਸਤਰੀ ਆਏ ਉਦਾਰ ਟਾਪਾ ਖੋਲਣਾ ਕਿ ਮੁੰਡਾ ਹੋਣਾ ਹੈ ਇਹਦੀ ਵਾਰੀ ਮੈਂ ਹੋਇਆ ਹੀ ਨਹੀਂ ਮਿਲਣਾ ਆਪਣੇ ਪਰਿਵਾਰ ਨੇ ਸੁਣ ਕੇ ਕੀ ਲੈ ਲੈਣਾ ਉਹ
اپنے کی ہے میرا اتنے بیتا لگتا ہے واری میری واری تو ڈاکٹر آئے پیچ کا کھول یہ واری دائیاں راہ جی سن یہ ماں بوا فڑ کے ہوگنائی جی ہوگنائی کی ہویا آپ ہو گیا آپ ہو گیا نکتے ہی ہاتھ بہت پہنچے جی ہڑیا لانتی کسی کا الزام لانڈ ہے یہ تو کسی نے کام سیکھے اپنی بھی شکل گور نہ تیری شکل چیتے شکل چیتے ورگی مطلب چیتا نہیں ہوتا اچانک وہ کھٹی کمیز والا بھی کچھ سونا نہیں گرمی ہوگی نا پلوانا گرمی لگے جو کر رہے تیرا موڈ بھی چنگا نہیں کوئی سیاح بندہ سب کام ہوں ویس لینا پڑھنا بابا یار میرا منہ ہی نہیں ہے پڑھنا بابا یہ ہزے بابے اسٹیشن سے جانے نے کنے پیسے وہ کہنا 3 روپیے لے لے تو کلفا آ جا مکھیاں میں کی ہوا امب ہی چوپیا یار یہ تھے تو امب چوپنا آیا ہے اور جب یہ جمے اس نے بدائی لے گئے انہوں نے باہر آواز دیتی اللہ جیوے کاقا یہ ماں نے چوکے نوکے کی تو اللہ مرے کاقا ٹھیک ہے کسی نے کانے سا کے کیتا تیری باری بھی خود نے بدائی منگنی ہے منڈے کا پیو کتنے انہیں کہا گل نہ کرو انہیں بدائی منگنی ہے امیران نے بچے وی سی آر لاندے نے وی سی آر چینل بدلو سی ٹی وی لگاؤ پی ٹی وی لگاؤ ایک غریب بال انہوں نے کہنا وی سی آر اندر تیلی دے کے 12 من کی 2 بن دیکھو آگے کا بال شاہی قلعہ دیکھو پرنا کہنا لال کمیز والا شاہی قلعہ وہ تھا سادہ گھر نال ہی آؤ میں جاننا تیرے پیو نو الحمدللہ اسی تے جاننا تے تیرے کو جاندا میں جاننا پیو نو کیڑے
دینا چاہیے تھی دسو اجازت لیے چاہیے گل کرو میرا بیٹا آسرے نہیں لینے چلو یہو جہ کتے کسائی کی ہٹی اگے بیٹھے میرے چوکس ہو کے سودا لایا ہوں پرلا کتا پرلا وہ مکھی کھانا مکھیاں کھانا تیرے ارگے کتے بھی مداری گاؤں نے اپنی پوچھ لاپ ہی لبن دے تیرے ورگے انجان منڈے میں کہنا سا نہیں پھڑی جانی نہیں پھڑی جانی نہیں پھڑی جانی تیرے جات کی تیلا دینا بانس کا بچے کھیڈن گے تیرے ورگے بھی شہر شوکے چ پے ہوں صبح نو ہلا دیو شام تک پانی پیندے نے ورگے کول ہی کھلوتے نے نہیں پیتا گیا نہیں پیتا گیا تیرے ورگے تو حلیم والے کو جانے نے کلچا لے کے پا کس کے خالی چمچا مار دے بچہ بھی آنا آ دونوں کھانے دونوں کھانے پرلا پرلا کلے کلے کھان دے ایک کلچے نو پھر ہوں معافی دے دے آپ چکو آپ ایک گل یاد رکھی چوڑے نو کدی بو نہیں آئی جڑا کام چھڈ دے گا گسا تو آدھا ہی نہیں سدکا کیوں صافے دا بھار چکے اسی تو تیری جتیاں ارگے نہیں آئے بھائی تیری جتیاں تیرے منہ سونیاں نے بس کر دے لانتی اگے گلا خراب ہوئی کتنا بیٹھے بغیر ایوی آسرا نہ لے تو ہے گا یہ ہزار بابے منہ نہیں منگنے ان کی کھلوتے رہتے نہیں اچھا سر ناشتہ کس طرح کرتے ہیں بڑا پیالہ چاہ کا لیا ایسے پتر دکان والا آ گیا اوٹھا بابا سی اٹھی کھولنی ہے آ جاؤ جی اوٹھا بابا اتنے سکوٹر کھڑا کرنا اچھا جی تین پتا نہیں اتنے گڈی کھڑی کرنی سی روز اچھا جی اچھا ایتھوں شروع کرتے ہیں چال والے بولتے موقع جا کے آج تک پھر شروع کرتا میرا